केपीडी न्यूज, हक सच और इंसाफ की आवाज। जलंधर के मशहूर अकाल आई अस्पताल में वीरवार को आंखों के ऑपरेशन के दौरान एक रिटायर्ड फौजी की मौत हो गई। डॉक्टरों के मुताबिक मौत हार्ट अटैक से हुई, लेकिन मृतक के परिवार वालों ने लापरवाही का आरोप लगाया है। उन्होंने कहा है कि मरीज की मौत के बावजूद अस्पताल प्रबंधन दवाइयां व अन्य सामान मंगवाता रहा। मौत के बाद अस्पताल में काफ़ी हंगामा हुआ, जिसके बाद मौके पर पहुंचे एसीपी मॉडल टाउन ने माहौल को शांत किया। मृतक की पहचान गांव बजाजा के रहने वाले पूर्व फौजी बलदेव सिंह के रूप में हुई है। मृतक के भाई ने बताया कि उसके भाई का आंखों का ऑपरेशन था। डॉक्टर उन्हें लेकर आईसीयू में चले गए। कुछ देर बाद आए और बोले कि मरीज की हालत गंभीर है। वह उनसे दवाइयां मंगवाते रहे और बाद में आंखों की किट भी मंगवा ली। उसके बाद कुछ देर बाद आकर बोले कि उसके मरीज की मौत हो गई है। उनका आरोप है कि अस्पताल प्रबंधन की लापरवाही के कारण मौत हुई है। जलंधर से रवि गिल और साहिल मल्होत्रा की रिपोर्ट। ਮੈਂ ਵੱਡਾ ਭਰਾ ਨਾ, ਮੈਨੂੰ ਤਕਰੀਬਨ ਭਤੀਜੇ ਦਾ ਫੋਨ ਗਿਆ। ਟਾਈਮ ਹੋ ਗਿਆ ਤਕਰੀਬਨ 3 ਵਜੇ ਦੇ ਲਗਭਗ, ਜਾਂ ਸਵਾ 3 ਦਾ ਹੋ ਗਿਆ। ਟਾਈਮ 'ਚ ਦੇਖਦਾ ਨਹੀਂ ਮੈਂ, ਅਤੇ ਮੈਨੂੰ ਉਹਨੂੰ ਦੱਸਿਆ ਵੀ ਚਾਚੇ ਨੂੰ ਟੈਪ ਹੋ ਗਿਆ ਕਿ ਜਸਟ ਥੋੜ੍ਹੀ ਦੇਰ ਬਾਅਦ ਫੋਨ ਆ ਗਿਆ, ਪੈਸਾ ਪੂਰਾ ਹੋ ਗਿਆ। ਕੀ ਇੱਥੇ ਹੋਸਪਿਟਲ ਕੀ ਅੱਖ ਦਾ ਆਪਰੇਸ਼ਨ ਕਰਵਾਉਣਾ ਸੀ? ਕੀ ਹੋਇਆ? ਹਾਂਜੀ, ਅੱਖ ਦਾ ਆਪਰੇਸ਼ਨ ਕਰਵਾਉਣਾ ਸੀ ਜੀ। ਉਹਨਾਂ ਦਾ ਬੇਟਾ ਆਇਆ ਸੀ ਨਾਲ, ਪੁੱਛੀ ਬੇਟਾ ਉਹਨਾਂ ਦਾ ਥੱਲੇ ਸੀ। ਉਹਨੂੰ ਰਿਸੈਪਸ਼ਨ ਜਾ ਕੇ ਪੁੱਛਿਆ ਕਿ ਗੁਰਦੀਪ ਸਿੰਘ ਪੇਸ਼ੈਂਟ ਹੋਣਾ ਸੀ ਭੋਜਪੁਰ ਤੋਂ। ਇਹਨਾਂ ਨੇ ਵੈਸੇ ਭੋਜਪੁਰ ਤੋਂ ਪਰਮਿਟ ਕੀਤਾ ਸੀ, ਉਹਨਾਂ ਦੀ ਬਰਾਂਚ ਭੋਜਪੁਰ ਦੀ ਹੈ। ਉੱਥੋਂ ਆਪਣੀ ਗੱਡੀ 'ਚ ਲਿਆਏ, ਆਪਣੀ ਗੱਡੀ 'ਚ ਲਿਆ ਕੇ ਇੱਥੇ ਇਹਨਾਂ ਨੇ ਆਪਰੇਸ਼ਨ ਕਰਤਾ। ਸਾਨੂੰ ਨਹੀਂ ਪਤਾ ਕਿ ਕਿਵੇਂ ਆਏ ਸੀ, ਕਿਵੇਂ ਨਹੀਂ ਆਏ। ਆਪਰੇਸ਼ਨ ਇਹਨਾਂ ਦਾ ਕਰ ਦਿੱਤਾ ਇਹਨਾਂ ਨੇ। ਅਤੇ ਬੇਟਾ ਆਇਆ ਬਾਹਰ, ਬੇਟੇ ਨੇ ਪੁੱਛਿਆ ਕਿ ਇੱਥੇ ਗੁਰਦੀਪ ਸਿੰਘ ਪੇਸ਼ੈਂਟ ਹੋਣਾ ਸੀ ਭੋਜਪੁਰ ਤੋਂ ਰਿਸੈਪਸ਼ਨ 'ਤੇ। ਉਹ ਕਹਿੰਦੇ ਜੀ ਆਇਆ ਨਹੀਂ ਜੀ। ਅਤੇ ਬਾਹਰ ਫਿਰ ਵੇਟ ਕਰਦਾ ਰਿਹਾ, ਤੁਹਾਨੂੰ ਆਉਣਾ ਹੀ ਆ ਬਾਹਰ, ਗੱਡੀ ਦੇ ਉੱਤੇ ਆਉਣਾ ਜਦੋਂ ਮੈਂ ਮਤਲਬ ਮਿਲ ਲਵਾਂਗਾ ਚੱਕਰ ਲਾਂ। 10 ਮਿੰਟਾਂ ਬਾਅਦ ਇਹਨਾਂ ਦਾ ਕੋਈ ਉੱਥੋਂ ਗਿਆ ਹੋਇਆ ਇੰਪਲਾਈ, ਉਹਨੇ ਕਿਹਾ ਵੀ ਤੁਸੀਂ ਇੱਦਾਂ ਦਾ ਕਰਕੇ ਗੁਰਦੀਪ ਸਿੰਘ ਨਾਲ ਆਓ, ਅਤੇ ਉਹਨਾਂ ਦਾ ਆਪਰੇਸ਼ਨ ਹੋ ਗਿਆ, ਤੁਸੀਂ ਆ ਜਾਓ ਵੇਟਿੰਗ ਰੂਮ 'ਚ ਬੈਠੋ। ਉਹ ਪਿਆ ਕੇ ਵੇਟਿੰਗ ਰੂਮ 'ਚ ਬਹਿ ਗਏ, 10 ਮਿੰਟ ਉੱਥੇ ਬੈਠੇ ਆ, ਅਤੇ ਕਹਿੰਦੇ ਵੀ ਇੱਦਾਂ ਦਾ ਕਰਕੇ ਤੁਸੀਂ ਆ ਜਾਓ, ਉਹਨਾਂ ਨੂੰ ਉੱਥੇ ਛੋਟਾ ਜਿਹਾ ਅਟੈਕ ਆ ਗਿਆ। ਅਤੇ ਉਹ ਜਦੋਂ ਅੰਦਰ ਆਏ, ਫਿਰ ਉਹਨੂੰ ਕਹਿ ਤਾ ਤੁਸੀਂ ਬਾਹਰ ਜਾਓ ਜੀ, 10 ਮਿੰਟ ਫਿਰ ਬਾਹਰ ਬੈਠੇ ਆ। ਅਤੇ ਫਿਰ ਉਹਨੂੰ ਬੁਲਾ ਲਿਆ, ਤੁਸੀਂ ਆ ਜਾਓ ਅੰਦਰ। ਜਦੋਂ ਥੱਲੇ ਪਿਆ ਸੀ ਲਵਾਂ, ਤਾਂ ਨੱਕ ਘੁੱਟ ਕਰਨ ਡੇ। ਕੀ ਪਹਿਲਾਂ ਵੀ ਕੋਈ ਹਾਰਟ ਦੀ ਦਵਾਈ ਵਗੈਰਾ ਚੱਲਦੀ? ਨਹੀਂ, ਕੋਈ ਨਹੀਂ, ਸ਼ੂਗਰ ਦੀ ਪ੍ਰੋਬਲਮ ਮਾੜੀ ਮੋਟੀ। ਇਹਨੇ ਮੈਂ ਸਮਝਦਾ ਵੀ ਜਦੋਂ ਆਪਰੇਸ਼ਨ ਕਰਨ ਲੱਗੇ ਆ ਨਾ ਡਾਕਟਰ, ਕਈ ਵਾਰੀ ਬੰਦਾ ਘਬਰਾ ਜਾਂਦਾ, ਘਬਰਾਉਣ ਦੇ ਨਾਲ ਉਹਦੀ ਪਲਸ ਵੱਧ ਗਈ। ਇਹਨਾਂ ਨੇ ਉੱਤੇ ਕੰਟਰੋਲ ਨਹੀਂ ਕੀਤਾ ਕਿ ਇਹਨੂੰ ਛੱਡ ਦਈਏ ਜਾਂ ਕਹਿ ਦਈਏ ਫਿਰ ਆਪਰੇਸ਼ਨ ਨਹੀਂ ਕਰਨਾ। ਇਹਨਾਂ ਨੇ ਆਪਰੇਸ਼ਨ ਆਪਣਾ ਜਾਰੀ ਰੱਖਿਆ, ਉਹਦੀ ਦਬ ਦੇ ਵਿੱਚ ਆਣ ਕੇ ਉਹਦਾ ਮੌਤ ਹੋ ਗਈ। ਅੱਛਾ, ਬਾਅਦ ਵਿੱਚ ਦਵਾਈਆਂ ਵੀ ਦਿੱਤੀਆਂ ਇਹਨਾਂ ਨੇ ਤੁਹਾਨੂੰ? ਕੀ ਦਵਾਈਆਂ? ਹਾਂ, ਦਵਾਈਆਂ ਜੀ, ਸਾਰੇ ਉਹ ਸਾਰੇ, ਹਾਂ ਜੀ, ਉਹ ਸਾਰਾ ਕੁਛ ਹੁਣ ਅਸੀਂ ਦੇਖਿਆ ਵੈ ਕਿ ਉਹਦੀ ਡਿਸਚਾਰਜ ਸਲਿੱਪ ਵੀ ਬਣਾਈ ਹੋਈ ਹੈ। ਜਦੋਂ ਕਿ ਬੰਦਾ ਅਤੇ ਆਪਰੇਸ਼ਨ ਰੂਮ 'ਚ ਬਾਹਰ ਹੀ ਨਹੀਂ ਆਇਆ, ਬੰਦਾ ਆਪਰੇਸ਼ਨ ਰੂਮ ਦੇ ਅੰਦਰ ਹੀ ਗਿਆ, ਅਤੇ ਇਹਨਾਂ ਨੇ ਜਿਹੜੀ ਕਾਰਵਾਈ ਜਾਣ ਲੱਗਿਆ ਉਹਨੂੰ ਕਰਦੇ ਆ। ਜਿੱਥੇ ਆਪਾਂ ਰਿਸੈਪਸ਼ਨ 'ਤੇ ਆਉਂਦੇ ਹਾਂ ਦਵਾਈਆਂ ਜਦੋਂ ਆਉਣ ਟਾਈਮ 'ਤੇ, ਉੱਥੇ ਤਕਰੀਬਨ ਹੁੰਦਾ ਸਾਰਿਆਂ ਸਫਲਾਂ ਦਾ। ਉੱਥੇ ਜਾ ਕੇ ਫਿਰ ਦਵਾਈਆਂ ਦਿੰਦੇ ਆ, ਉਹ ਦੱਸਦੇ ਆ ਤੁਸੀਂ ਆਹ ਦਵਾਈ ਪਾਉਣੀ ਆ, ਖਾਣੀ ਆ, ਇੰਨੇ ਤਰ੍ਹਾਂ ਦੀ ਦਵਾਈ ਤਾਂ ਸਾਨੂੰ ਹੁਣ ਮਿਲੀਆਂ ਦਵਾਈਆਂ। ਜਿੱਥੇ ਉਹਨਾਂ ਦੀ ਡੈਡ ਬੋਡੀ ਪਈ ਹੈ, ਉੱਥੇ ਸਿਰਾਣੇ ਦੇ ਨਾਲ ਦਵਾਈਆਂ ਪਈਆਂ, ਇੱਕ ਡਿਸਚਾਰਜ ਸਰਟੀਫਿਕੇਟ ਪਿਆ ਬਿਨਾਂ ਸਿਰ ਨਾਲ। ਪਤਾ ਲੱਗਾ ਵੀ ਇੱਥੇ ਗਏ ਸੀ, ਘਰੋਂ ਬਿਲਕੁਲ 9:09 ਆਏ, ਤਕਰੀਬਨ 9 ਵਜੇ ਦਾ ਟਾਈਮ ਹੋਊਗਾ, 8:30 ਦਾ ਜਦੋਂ ਟਰੈਕਟਰ ਦੇ ਤੇ ਆਏ ਬਾਹਰ। ਕਾਰਵਾਈ ਅਸੀਂ ਕਹਿੰਦੇ ਵੀ ਸਾਨੂੰ ਇਨਸਾਫ ਤੋਂ ਮਿਲਣਾ ਚਾਹੀਦਾ ਨਾ, ਪੱਪੜ ਦੇ ਲੱਗੇ ਜੀ। ਅਸੀਂ ਹੋਸਪਿਟਲ ਵਾਲੇ ਬੰਦਿਆਂ ਨੂੰ ਅਸੀਂ ਪੁੱਛਿਆ, ਉੱਥੇ ਡਾਕਟਰ ਸੀ ਜ਼ਿੰਮੇਵਾਰ, ਉਹਨੇ ਕਿਹਾ ਜੀ ਸਾਡਾ ਹੋਸਪਿਟਲ ਜੀ ਉਸਾਰੀ ਦੇ ਅਧੀਨ ਹੈ, ਉਸਾਰੀ ਦੇ ਅਧੀਨ ਹੈ ਸਾਡੇ ਕੋਲ ਜੀ, ਪੂਰੀਆਂ ਸੁਵਿਧਾ ਜਿਹੜੀਆਂ ਸਹੂਲਤਾਂ ਹੈ ਨਹੀਂ, ਠੀਕ ਹੈ।
ਜਦੋਂ ਅੰਦਰ ਜਾ ਕੇ ਸਾਡੇ ਨਾਲ ਫਿਰ ਗੱਲ ਕੀਤੀ, ਡਾਕਟਰ ਝੱਟ ਪੈਂਦਰਾ ਬਦਲ ਗਏ, ਕਹਿੰਦੇ ਵੀ ਸਾਡਾ ਤਾਂ ਪਤਾ ਨਹੀਂ ਕਿਹੜੀ ਸੰਸਥਾ ਹੁੰਦੀ ਹੈ ਸਾਡੀ, ਉੱਥੋਂ ਸਾਡਾ ਚੈਕਿੰਗ ਹੋਇਆ ਉਸ ਟੀਮ ਦੇ ਦੁਆਰਾ। ਹੁਣ ਇਹ ਨਹੀਂ ਪਤਾ ਵੀ ਇਹਨਾਂ ਦੇ ਡਾਕਟਰਾਂ ਦੇ ਕਹਿਣ ਦੇ ਮੁਤਾਬਕ ਇਹਨਾਂ ਕੋਈ ਸਹੂਲਤਾਂ ਨਹੀਂ ਪੂਰੀਆਂ, ਇਹਨਾਂ ਨੇ ਅਪਰੇਸ਼ਨ ਕੀਤਾ ਵਾ ਜਾਂ ਮੁੜ ਕੇ ਫਿਰ ਮੁੱਕਰ ਗਿਆ ਜੀ, ਸਾਡੇ ਕੋਲ ਕਿਤੇ ਸਹੂਲਤਾਂ ਨਹੀਂ। ਸਟਾਫ ਸੀਗਾ ਉਸ ਵਕਤ ਅੰਦਰ ਓਟੀ ਦੇ ਵਿੱਚ ਮੌਜੂਦ ਜਦੋਂ ਛੱਡ ਕੇ ਪਰ ਗਏ ਜਾਂ ਅੰਦਰ ਸੀਗਾ? ਨਹੀਂ ਇਹ ਤਾਂ ਬੇਟਾ ਦੱਸੂਗੀ ਤੁਹਾਨੂੰ, ਮੈਂ ਨਹੀਂ ਸੀਗਾ ਇੱਥੇ। ਠੀਕ ਹੈ, ਬਾਕੀ ਮੈਂ ਤੁਹਾਨੂੰ ਇਹ ਦੱਸਦਾ ਵੀ ਜਦੋਂ ਸਾਡੇ ਸਾਹਮਣੇ ਗੱਲ ਹੋਈ ਹੈ, ਉੱਥੋਂ ਪੁਲਿਸ ਦੇ ਅਫਸਰ ਵੀ ਸਾਹਮਣੇ ਖੜੇ ਸੀ, ਜਿਸ ਬੰਦੇ ਨੇ ਡਾਕਟਰ ਨੇ ਸਾਨੂੰ ਇਹ ਦੱਸਿਆ ਵੀ ਸਾਡਾ ਹਸਪਤਾਲ ਜਿਹੜਾ ਸਾਰੀ ਦੀ ਅਤੇ ਇਹ ਸਾਡੇ ਕੋਲ ਸਹੂਲਤਾਂ ਨਹੀਂ ਪੂਰੀਆਂ। ਫਿਰ ਅਸੀਂ ਉਹਨੂੰ ਕਿਹਾ ਵੀ ਤੁਸੀਂ ਸਹੂਲਤਾਂ ਪੂਰੀਆਂ ਅਤੇ ਕਿਉਂ ਓਪਰੇਸ਼ਨ ਕੀਤਾ? ਕੋਈ ਜਵਾਬ ਨਹੀਂ ਦਿੱਤਾ ਸਰ। ਠੀਕ ਹੈ, ਇੱਕ ਮਰੀਜ਼ ਸੀ ਇੱਥੇ ਓਪਰੇਸ਼ਨ ਕਾਰਡ ਲਿਆ ਸੀ, ਅੱਜ ਸਾਰੇ ਟੈਸਟ ਵਗੈਰਾ ਕਰਕੇ ਉਹਦਾ ਓਪਰੇਸ਼ਨ ਕੀਤਾ ਔਰ ਬਿਲਕੁਲ ਠੀਕ ਹੋ ਗਿਆ ਓਪਰੇਸ਼ਨ। ਔਰ ਉਹਨੂੰ ਜਦੋਂ ਅਸੀਂ ਓਪਰੇਸ਼ਨ ਦੇ ਤੋਂ ਬਾਹਰ ਲੈ ਕੇ ਆ ਰਹੇ ਸੀ ਅਤੇ ਉਹਨੂੰ ਘਬਰਾਹਟ ਹੋਈ, ਜਦੋਂ ਉਹਨੂੰ ਘਬਰਾਹਟ ਹੋਈ ਉਹਨੂੰ ਵਾਪਸ ਲੈ ਗਏ, ਮੈਨੂੰ ਸ਼ੱਕ ਪੈ ਗਈ ਉਹ ਹਾਰਟ ਅਟੈਕ ਦੀ ਜਿਸ ਤਰ੍ਹਾਂ ਪ੍ਰੋਬਲਮ ਹੈਗੀ ਆ। ਫਿਰ ਅਸੀਂ ਉਹਨੂੰ ਆਪਣੇ ਉੱਥੇ ਬਾਹਰ ਤੋਂ ਲਿਆਉਂਦਾ ਇਸ ਓਪਰੇਸ਼ਨ ਥੀਏਟਰ ਵਿੱਚ ਸਾਰਾ ਸਾਡਾ ਇੰਤਜ਼ਾਮ ਜਿਹੜੇ ਕਿ ਪਹਿਲਾਂ ਵੀ ਉਹਨੂੰ ਲਾਇਆ ਹੋਇਆ ਸੀ, ਅਸੀਂ ਮੋਨੀਟਰ ਲਾ ਕੇ ਓਪਰੇਸ਼ਨ ਕਰਦੇ ਹਾਂ, ਉਹ ਦੁਬਾਰਾ ਲਾ ਕੇ ਅਸੀਂ ਚੈੱਕ ਕਰ ਦਿੱਤਾ, ਉਹਨੂੰ ਸੀ ਪੀ ਆਰ ਕੀਤਾ, ਉਹਨੂੰ ਡੀਫਿਬਰੇਟਰ ਲਾਇਆ। ਮਰੀਜ਼ ਦੇ ਵਿੱਚ ਇਹਦਾ ਨਾਮ ਕੀ? ਮੇਰਾ ਸ਼ਾਇਦ ਗੁਰਜੀਤ ਸਿੰਘ, ਸ਼ਾਇਦ ਮੈਨੂੰ ਅੱਜ ਤੱਕ ਹੀ ਕਰੇਗੀ। ਅਤੇ ਸਾਡਾ ਜਿਹੜਾ ਇਸ ਤੋਂ ਪਹਿਲਾਂ ਓਪਰੇਸ਼ਨ ਹੋਇਆ ਸੀ, ਇੱਕ ਜੀ ਦਾ ਪੇਸ਼ ਸੀ ਲੜਕੀ 13 ਸਾਲ ਦੀ ਸੀ, ਜਿਸ ਬੇਹੋਸ਼ੀ ਵਾਲੇ ਡਾਕਟਰ ਪਹਿਲਾਂ ਹੀ ਉੱਥੇ ਵਾਸਤੇ ਸੀਗੇ ਔਰ ਉਹਨਾਂ ਨੇ ਸਾਰੀ ਵੇਸ ਵਿੱਚ ਮਦਦ ਕੀਤੀ, ਅਤੇ ਮੈਡੀਕਲ ਸਪੈਸ਼ਲਿਸਟ ਅਤੇ ਸਾਡੇ ਨਾਲ ਦੇ ਡਾਕਟਰ ਸਾਰੇ ਅਤੇ ਆਪਣੇ ਪੰਚਾਂ ਡਾਕਟਰ ਸਾਰਿਆਂ ਨੇ ਕੋਸ਼ਿਸ਼ ਕੀਤੀ। ਅਤੇ ਖਾਸ ਕਰਕੇ ਐਨਸਥੀਜ਼ੀਆ ਵਾਲਿਆਂ ਦਾ ਕੰਮ ਹੁੰਦਾ ਇਸ ਟਾਈਮ 'ਤੇ, ਉਹਨਾਂ ਨੇ ਸਾਰਾ ਇਲਾਜ ਕੋਸ਼ਿਸ਼ ਸਾਰੀ ਕੀਤੀ, ਸੀ ਪੀ ਆਰ ਕੀਤਾ ਔਰ ਫਿਰ ਵੀ ਅਸੀਂ ਮਰੀਜ਼ ਨੂੰ ਬਚਾ ਲਏ, ਚਾਰ ਪੰਜ ਨਹੀਂ ਸੀਗਾ ਮਰੀਜ਼। ਮ੍ਰਿਤ ਜਿਹੜੇ ਮਰੀਜ਼ ਹੈਗੇ ਉਹਦੇ ਪਰਿਵਾਰ ਵਾਲੇ ਆਰੋਪ ਲਗਾ ਲਿਆ ਕਿ ਓਪਰੇਸ਼ਨ ਦੇ ਵਿੱਚ ਲਾਪਰਵਾਹੀ ਵਰਤੀ ਗਈ, ਉਹਦੇ ਬਾਰੇ ਕੀ ਕਹਿਣਾ? ਇਹਦੇ ਬਾਰੇ ਮੈਂ ਕੀ ਕਹਿ ਸਕਦਾ, ਮੈਂ ਤਾਂ ਇਹੀ ਦੱਸਦਾ ਕਿ ਅਸੀਂ ਆਪਣੀ ਕੋਸ਼ਿਸ਼ ਕਰ ਤੋਂ ਵੱਧ ਕੀਤੀ ਔਰ ਸਰ ਕੋਈ ਕਮੀ ਪੇਸ਼ੀ ਨਹੀਂ ਚੱਲੀ, ਇਸ ਬਾਰੇ ਮੈਂ ਕੁਛ ਨਹੀਂ ਕਹਿ ਸਕਦਾ। ਸਰ ਤੁਹਾਡੇ ਨਾਮ ਕੀ ਜੀ? ਡਾਕਟਰ ਬਲਬੀਰ ਸਿੰਘ ਪੌੜਾ ਜੀ। ਠੀਕ ਹੈ, ਰੋਲ ਸਰ, ਰੋਲ ਸਰ, ਰੋਲ ਸਰ। ਹਾਂਜੀ ਸਰ, ਅੰਦਰ ਜਿਹੜੀ ਡੈਥ ਹੋਈ ਹੈ ਕੀ ਕਾਰਨ ਨਿਕਲ ਕੇ ਸਾਹਮਣੇ ਆਇਆ, ਕੀ ਕਾਰਵਾਈ ਕਰ ਰਹੇ ਹੋ? ਐਡ ਪ੍ਰਵੀ ਜਿਹੜਾ ਹੈਗਾ ਪੇਸ਼ੈਂਟ ਨੂੰ ਬਲਦੀਪ ਸਿੰਘ ਸੀਗਾ, ਬਜਾਜ ਦੁਪਹਿਰੇ ਓਪਰੇਸ਼ਨ ਲਈ ਇੱਥੇ ਆਇਆ ਸੀਗਾ। ਜਿਹੜੇ ਓਪਰੇਸ਼ਨ ਜਿਹੜਾ ਹੈਗਾ ਉਹਦੇ ਓਪਰੇਸ਼ਨ ਹੁਣ ਠੀਕ ਠਾਕ ਹੋ ਗਿਆ ਸੀ, ਲੇਕਿਨ ਉਸ ਤੋਂ ਬਾਅਦ ਉਹਨਾਂ ਕਿਹਾ ਵੀ ਇਹਨੂੰ ਜਿਹੜੀ ਹੈਗੀ ਆ ਚੈਸਟ ਦੀ ਪੇਨ ਹੋਈ ਹੈ, ਅਤੇ ਉਹਨੇ ਸਫੋਕੇਸ਼ਨ ਜੀ ਜਿਹੜੀ ਹੈਗੀ ਮਹਿਸੂਸ ਕਰ ਰਿਹਾ ਸੀਗਾ, ਉਹਦੇ ਬਤਾਵਾ ਜਿਹੜਾ ਹੈਗਾ ਪ੍ਰੋਪਰ ਟ੍ਰੀਟਮੈਂਟ ਦਿੱਤੀ ਸੀਗੀ, ਲੇਕਿਨ ਉਹ ਟਾਈਮ ਨਹੀਂ ਹੋ। ਲੇਕਿਨ ਜਿੱਥੋਂ ਤੱਕ ਕੰਪਲੇਂਟ ਹੈਗੇ ਜਿਹੜੀ ਪਾਰਟੀ ਹੈਗੀ ਉਹ ਕਹਿੰਦੇ ਨੇ ਜੀ ਡਾਕਟਰ ਨੈਗਲੀਜੈਂਸ ਹੈਗੀ ਹੈ, ਉਹਦੇ ਸਵਾਲ ਲਈ ਜਿਹੜਾ ਹੈਗਾ ਜੋ ਵੀ ਰਹੀ ਪਾਰਟੀ ਦੇ ਹੈਗਾ ਸਾਨੂੰ ਗਿਆਨ ਲਗਾਏਗੀ, ਉਹਨੂੰ ਇਨਵੈਸਟੀਗੇਟ ਕਰਕੇ ਜੋ ਕਰਤਾਵੇ ਬਣ ਗਏ ਉਹ ਸਬਮਿਟ ਕਰਨਾ। ਥੈਂਕ ਯੂ। ਠੀਕ ਹੈ। देश विदेश और अपने शहर की लोकल खबर के लिए हमारे चैनल को सब्सक्राइब जरूर करें और घंटी के बटन को जरूर दबाएं। आपका मनपसंद न्यूज़ चैनल के पीडी न्यूज़ हक सच और इंसाफ की आवाज़ आपको रखे सबसे आगे।